ਲੱਖਾਂ ਹੀ ਤੰਤਰਾਂ ਮੰਤਰਾਂ ਤੇ ਰਿੱਧੀਆਂ ਸਿੱਧੀਆਂ ਵਾਲਾ ਮਾਧੋ ਦਾਸ ਵਿਰਾਗੀ ਧਨ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਪਲੰਗੇ ਨੂੰ ਉਲਟਾਉਣ ਦੇ ਵਿੱਚ ਅਸਮਰੱਥ ਰਿਹਾ। ਆਖਿਰਕਾਰ ਆਪਣੇ ਗਲ ਵਿੱਚ ਪੱਲੂ ਪਾ ਕੇ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰ ਰਿਹਾ ਕਿ ਪਾਤਸ਼ਾਹ ਆਪ ਕਿਸ ਗੱਦੀ ਦੇ ਮਾਲਕ ਹੋ ਕਿ ਜਿਨ੍ਹਾਂ ਨੇ ਮੇਰੇ ਇਸ ਡੇਰੇ ਦਾ ਵਜੂਦ ਵਿਗਾੜ ਕੇ ਰੱਖ ਦਿੱਤਾ ਹੈ, ਤੁਸੀਂ ਮੇਰਾ ਡੇਰਾ ਹੀ ਭ੍ਰਿਸ਼ਟ ਕਰਕੇ ਰੱਖ ਦਿੱਤਾ ਹੈ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਮਾਧੋ ਦਾਸ ਵਿਰਾਗੀ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਲੈ ਕੇ ਉਹ ਨੰਨੀਆਂ ਜਿੰਦਾਂ ਦੇ ਤੱਕ ਸਾਰਾ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਉਹਨਾਂ ਮਜ਼ਲੂਮਾਂ ਦਾ ਡੁੱਲਿਆ ਖੂਨ ਸੀਨ ਦੇ ਰੂਪ ਵਿੱਚ ਦਿਖਲਾ ਦਿੱਤਾ। ਆਖਿਰਕਾਰ ਉਹਦੀ ਆਤਮਾ ਬਲੂੰਦਰੀ ਗਈ, ਉਹਦਾ ਖੂਨ ਖੋਲਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸਦੀ ਆਤਮਾ ਨੂੰ ਜਗਾਉਂਦੇ ਹੋਇਆਂ ਆਖਿਆ ਕਿ ਤੂੰ ਰਾਜਪੂਤ ਘਰਾਣੇ ਦੇ ਵਿੱਚ ਜਨਮ ਲੈ ਕੇ ਇਹ ਮਾਧੋ ਦਾਸ ਵਿਰਾਗੀ ਬਣ ਕੇ ਬੈਠਾ ਹੈ, ਤੈਨੂੰ ਤਾਂ ਅਸੀਂ ਉਸ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਆਖਿਆ ਗੁਰੂ ਨਾਨਕ ਦੇ ਘਰ ਦਾ ਸਿੱਖ ਬਣਾਉਣਾ ਹੈ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਵਾਲ ਜਵਾਬ ਉੱਤਰ ਪ੍ਰਸ਼ਨ ਗੱਲਾਂ ਬਾਤਾਂ ਜਿਵੇਂ ਹੋ ਰਹੀਆਂ ਨੇ ਉਸ ਨਕਸ਼ੇ ਨੂੰ ਅਲੂਣੇ ਵਾਲੀਆਂ ਬੀਬੀਆਂ ਦਾ ਢਾਡੀ ਜਥਾ ਆਪ ਸੰਗਤਾਂ ਦੇ ਨਾਲ ਹੇ ਇਉਂ ਸਾਂਝਾ ਕਰ ਰਿਹਾ ਹੈ। ਭੁੱਲੀ ਬਹਿ ਗਏ ਨਦੀ ਦੇ ਕੰਢੇ ਪਾ ਕੇ ਰਾਜਪੂਤ ਸ਼ੇਰ ਬੱਚਿਆਂ, ਭੁੱਲੀ ਬਹਿ ਗਏ ਨਦੀ ਦੇ ਕੰਢੇ ਪਾ ਕੇ ਰਾਜਪੂਤ ਸ਼ੇਰ ਬੱਚਿਆਂ, ਬੈਠਾ ਵੀਰਤਾ ਨੂੰ ਦਾਗ ਲਵਾ ਕੇ ਰਾਜਪੂਤ ਸ਼ੇਰ ਬੱਚਿਆਂ। ਮਾਤ ਭੂਮੀ ਦੀਆਂ ਜ਼ਰਾ ਦੇਖ ਬਰਬਾਦੀਆਂ, ਕਹਿੰਦੀਆਂ ਕਿ ਦੱਸ ਸਾਦਾ ਤੇਰੀਆਂ ਸਮਾਧੀਆਂ, ਮਾਤ ਭੂਮੀ ਦੀਆਂ ਜ਼ਰਾ ਦੇਖ ਬਰਬਾਦੀਆਂ, ਕਹਿੰਦੀਆਂ ਕਿ ਦੱਸ ਸਾਦਾ ਤੇਰੀਆਂ ਸਮਾਧੀਆਂ। ਮਾਤ ਭੂਮੀ ਦੀ